किसान मजदूर संघर्ष कमेटी के प्रधान गुरसाहिब सिंह पहुविंड की अगवाई हेठ किसानों ने भिखीविंड इलाके चलते जियो कंपनी के टावर बंद करवा दिए। इस मौके वख-वख जगह से चलते टावरों नूं बंद करन मौके गलबात करदिआं प्रधान गुरसाहिब सिंह पहुविंड ने कहा कि जिन्ना चिर सरकार किसानों का किसानी बिलों संबंधी कोई हल नहीं करती उन्ना चिर अडानी और अंबानी के समान पंजाब विच विकन नहीं दिते जाणगे। जो टावर अज बंद किए गए हैं जिन्ना चिर किसानों का सरकार नाल मसला हल नहीं हुंदा उन्ना चिर यह टावर बंद ही रहेंगे। इस मौके वड्डी गिनती विच किसानों ने अंबानी अडानी और सरकार के खिलाफ नारेबाजी की। इस मौके उपर पत्रकारों के नाल गलबात करदिआं इस पूरे मामले बारे किसान संघर्ष कमेटी के आगू ने इस बारे होर की कहा, आओ सुनते हाँ। चालू की जिन्ना चिर तक वेखो शांतमई प्रदर्शन चलन दिया तीन महीने तो लगातार शांतमई चल रहा तो शांतमई आ किसान अंदोलन दे विच किसी ने अज तक ढीम नहीं मारी ते ना काम नुकसान करू किसी की प्रॉपर्टी का नुकसान नहीं करूगा पर जे प्रॉपर्टी आला जान बुझ के मतलब करूगा तंगी परेशान फिर जी अगली हाँ जिन्ना चिर तक फैसला ना होगा उन्ना चिर तक जो कारवाई जी बिलकुल ਤੁਸੀਂ ਨਹੀਂ ਕਰਨੀ ਜਦੋਂ ਉੱਥੇ ਫੈਸਲਾ ਹੋ ਜਾਂਦਾ ਆ ਅਸੀਂ ਆਵਾਂਗੇ ਆਣ ਕੇ ਤੁਹਾਨੂੰ ਆਖਾਂਗੇ ਆਪੋ ਆਪਣਾ ਜਿਹੜਾ ਚੁਰ ਚਲਾ ਲਓ ਪ੍ਰਧਾਨ ਜੀ ਅੱਜ ਤੁਸੀਂ ਜਿਹੜੇ ਆ ਟਾਵਰ ਬੰਦ ਕਰਾਉਂਦੇ ਪਏ ਜੇ ਪੂਰੇ ਪਿਕਵਿੰਡ ਦੇ ਕਰਾਉਣੇ ਆ ਜਾਂ ਪੂਰੇ ਏਰੀਆ ਦੇ ਕਰਾਉਣੇ ਅਸੀਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੈਂ ਗੁਰਸਾਹਿਬ ਸਿੰਘ ਜੋਨ ਸ਼੍ਰੀ ਤਾਰੂ ਸਿੰਘ ਜੀ ਅਸੀਂ ਅੱਜ ਪਰਨ ਕੀਤਾ ਹੋਇਆ ਆ ਵੀ ਅਡਾਨੀ ਬਾਨੀਆਂ ਦੇ ਜਿੰਨੇ ਵੀ ਇੱਥੇ ਸਾਡੇ ਟਾਵਰ ਚੱਲ ਰਹੇ ਆ ਭਿੱਖੀਵਿੰਡ ਦੇ ਵਿੱਚ ਹੁਣ ਮਾੜੀ ਮੇਘੇ ਦੇ ਵਿੱਚ ਹੁਣ ਖਾਲੜੇ ਦੇ ਵਿੱਚ ਹੁਣ ਅਲਕੋਂ ਦੇ ਵਿੱਚ ਹੁਣ ਖੇਮਕਰਨ ਦੇ ਵਿੱਚ ਹੁਣ ਜਿੱਥੇ ਵੀ ਇਹਨਾਂ ਦਾ ਹੋਊਗਾ ਮਤਲਬ ਰਿਲਾਇੰਸ ਦੇ ਟਾਵਰ ਹੈਗੇ ਆ ਉਹਨਾਂ ਦਾ ਅਸੀਂ ਟੋਟਲ ਬਾਈਕਾਟ ਕੀਤਾ ਆ ਅਤੇ ਰਿਲਾਇੰਸ ਦੀਆਂ ਸਿੰਮਾਂ ਔਰ ਰਿਲਾਇੰਸ ਦਾ ਸਮਾਨ ਜਿੰਨਾ ਆ ਉਹਨਾਂ ਦਾ ਜੀਓ ਵਾਲਿਆਂ ਦਾ ਸਾਰਿਆਂ ਦਾ ਬਾਈਕਾਟ ਆ ਜਿੰਨਾ ਚਿਰ ਤੱਕ ਸਾਡਾ ਉੱਥੇ ਕੋਈ ਅੰਦੋਲਨ ਦਾ ਫੈਸਲਾ ਨਹੀਂ ਹੁੰਦਾ ਉਨਾ ਚਿਰ ਤੱਕ ਅਡਾਨੀ ਬਾਨੀ ਦਾ ਨਾ ਇੱਥੇ ਸਮਾਨ ਵਿਕਣ ਦੇਵਾਂਗੇ ਅਤੇ ਨਾ ਜੀਓ ਦੀ ਸਿੰਮ ਵਿਕਣ ਦੇਵਾਂਗੇ ਅਤੇ ਨਾ ਇਹਨਾਂ ਦੇ ਰਿਲਾਇੰਸ ਦੇ ਜਿਹੜੇ ਟਾਵਰ ਆ ਇਹ ਚੱਲਣ ਦੇਵਾਂਗੇ ਜਿੰਨਾ ਚਿਰ ਤੱਕ ਅਗਲਾ ਹੁਕਮ ਨਹੀਂ ਆਉਂਦਾ ਉਨਾ ਚਿਰ ਤੱਕ ਇਹ ਸਾਰੇ ਬੰਦ ਰਹਿਣਗੇ ਹੁਣ ਸ਼ਾਂਤਮਈ ਤਰੀਕੇ ਨਾਲ ਬੰਦ ਕੀਤੇ ਹੋਏ ਆ ਪਰ ਜੇ ਇਹਨਾਂ ਨੇ ਜ਼ਬਰਦਸਤੀ ਚਲਾਉਣ ਦੀ ਕੀਤੀ ਤਾਂ ਫਿਰ ਅਗਲਾ ਐਕਸ਼ਨ ਜਿਹੜਾ ਹੋਊਗਾ ਉਹ ਖੁਦ ਆਪ ਹੀ ਇਹ ਜਾਣਦੇ ਹੋਣਗੇ ਜਿਹੜੀ ਤਿਆਰੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।